ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਰਨ ਇਟਾਲੀਅਨ ਇਨ ਪੰਜਾਬੀ ਭਾਗ ਨੰਬਰ 13 ਐਸੇ ਰੇ ਅਵਿਦਿਰੇ ਭਾਗ ਨੰਬਰ 2 ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਗੱਲਾਂ ਇਸ ਭਾਗ ਵਿੱਚ ਅਸੀਂ ਗੱਲ ਕਰਾਂਗੇ ਜਿੱਦਾਂ ਹੋ ਗਿਆ ਜੀ ਅੰਦਾਰੇ ਵਿਨੀਰੇ ਮੰਜਾਰੇ ਅਵੇਰੇ ਤੇ ਐਸੇ ਇਹ ਪੰਜ ਜਿਹੜੀਆਂ ਆਪਾਂ ਰੋਜ਼ ਗੱਲਾਂ ਕਰਦੇ ਹਾਂ ਪਰ ਜਿਹੜੀ ਮੈਂ ਪਹਿਲੀ ਵੀਡੀਓ ਪਾਈ ਸੀ ਤੁਸੀਂ ਸ਼ਾਇਦ ਦੇਖੀ ਹੋਵੇ ਜੇ ਨਹੀਂ ਦੇਖਿਆ ਆਪਣੇ ਇਟਾ ਪੰਜਾਬੀ ਜਿਹੜਾ ਚੈਨਲ ਆ YouTube ਦਾ ਜਾਂ ਫਿਰ ਆਪਣੇ ਸੇ ਸੂਕ ਤੇ ਤੁਸੀਂ ਜਾ ਕੇ ਦੇਖ ਸਕਦੇ ਆ ਲਰਨ ਇਟਾਲੀਨ ਇਨ ਪੰਜਾਬੀ ਪੇਜ ਵਿੱਚ ਉਸ ਦੇ ਵਿੱਚ ਮੈਂ ਸਿਰਫ ਪ੍ਰੈਜ਼ੈਂਟ ਵਾਲੇ ਗੱਲ ਦੀ ਕੀਤੀ ਸੀ ਜਿਹੜਾ ਹੁਣ ਚੱਲਦੇ ਆ ਫਿਰ ਕਿੱਥੇ ਜਾ ਰਹੇ ਆ ਕੀ ਖਾ ਰਹੇ ਆ ਉਸ ਵਾਰ ਜਦ ਕੀ ਜਿਹੜੀ ਇਹ ਵੀਡੀਓ ਬਣਾਈ ਹੈ ਇਹ ਵਿੱਚ ਇਹ ਦੱਸਿਆ ਗਿਆ ਜੇ ਤੁਸੀਂ ਕੱਲ ਬੀਤਿਆ ਕੱਲ ਪਰਸੋਂ ਚੌਥ ਮਹੀਨਾ ਹਫਤਾ ਸਾਲ ਦਾ ਸਰ ਉਦੋਂ ਵਾਲੇ ਗੱਲ ਕਰਨੀ ਹੋਵੇ ਉਹ ਕਿੱਦਾਂ ਕਰਨੀ ਹੈ ਲਓ ਜੀ ਸ਼ੁਰੂਆਤ ਕਰਦੇ ਆ ਇਸਰੇ ਦਾ ਪੂਤਕਾਲ ਪੂਤਕਾਲ ਕਰਨੀ ਕਿ ਆਪਣੇ ਬੀਤੇ ਹੋਏ ਕੱਲ ਵਿੱਚ ਗੱਲ ਕਰਨੀ ਕੱਲ ਪਰਸੋਂ 2 ਦਿਨ 4 ਦਿਨ ਪਹਿਲਾਂ ਹਫਤਾ ਪਹਿਲਾਂ ਜਾਂ ਮਹੀਨਾ ਪਹਿਲਾਂ ਉਹਦੇ ਵਿੱਚ ਕਿੱਦਾਂ ਗੱਲ ਕਰੀਓ ਐਰੋ ਕਾਰਸ ਕਿ ਮੈਂ ਕਾਰਸੀ ਉਹ ਸੈਟ ਨਾ eri a scuola che tu scuole si eh lui Jafer lei era con me che o mere nal si eravamo con lui asi ode nal si eravate da lui tu si ode si erano insieme o ta katthe si iddai asi ਮੇਰੇ ਕੋ ਜ ਉਹਦੇ ਕੋਲ ਦਾ ਭੂਤ ਕਾਲ ਚ ਗੱਲ ਕਰਦੇ ਆ ਅਵੇਵੋ ਉਨਾ ਪੈਨ ਮੇਰੇ ਕੋਲ ਇੱਕ ਪੈਨ ਸੀ ਅਵੇ ਵੀ ਉਨ ਲੀbro ਮੇਰੇ ਕੋਲ ਇੱਕ ਕਤਾ ਨਹੀਂ ਤੇਰੇ ਕੋਲੇ ਇੱਕ ਕਤਾ ਸੀ ਲੁਈ ਜਾ ਫੇਰ ਲਈ ਅਵੇਵਮ ਲਵੁਰ ਕਿ ਉਹਦੇ ਕੋਲ ਕੰਮ ਸੀ ਅਵੇਵਮ ਉਨਾ ਮਕੀਨਾ ਸਾਡੇ ਕੋਲ ਇੱਕ ਗੱਡੀ ਸੀ ਇ ਇ ਅਵੇ ਤੇ ਮੂਲ ਤੋਂ ਕੁਰਾਜੋ ਅਵੇਤੇ ਮੂਲਤੋ ਕੁਰਾਜੂ ਬੜੀ ਹਿੰਮਤਾ ਜੀ ਤੁਹਾਡੀ ਮਾਉ ਕੀ ਹੋਇਆ ਉਹ ਬੁਗੀ ਕੀ ਹੋਇਆ ਲੈ ਲਾਈਟ ਨਾ ਬੰਦ ਕਰੀ ਅੱਛਾ ਅਨੂ ਉਮਬੈਲ ਟੈਲੀਫੋਨ ਬੜਾ ਵਧੀਆ ਫੋਨ ਆ ਵੀ ਉਹਨਾਂ ਦੇ ਕੋਲ ਜਿੱਦਾਂ ਜੇ ਅਸੀਂ ਕਹਿਣਾ ਹੋਵੇ ਵੀ ਉਹਨਾਂ ਦੇ ਕੋਲ ਫੋਨ ਬੜਾ ਵਧੀਆ ਅਨੂ ਉਮਬੈਲ ਟੈਲੀਫੋਨ ਜਾਣ ਆਣ ਜਾਣ ਦੇ ਬਾਰੇ ਅੰਦਾਜ਼ੇ ਸੁਣੋਂ ਹੰਦਾ ਤੋਂ ਆ ਕਾਜ ਮੈਂ ਕਰ ਗਿਆ ਸੀ ਇਹਦੇ ਵਿੱਚ ਇੱਕ ਸੋਨੋਂ ਡਾਤੋ ਦੀ ਜਗਾ 에रो ਅੰਦਾਤੋ ਆਕਾਜ਼ਾ ਵੀ ਲੱਗ ਸਕਦਾ ਪਰ ਜਿਹੜਾ 에रो ਅੰਦਾਤੋ ਆਕਾਜ਼ਾ ਉਹ ਉਹ ਦੀ ਜਗਾ ਜਿਹੜਾ ਬਰਤੋਂ ਵਿੱਚ ਰੋ ਜਾਂਦਾ ਉਹ ਜੀ ਆਇਆ ਕਿ ਸੋਨੋਂ ਅੰਦਾਤੋ ਆਕਾਜ਼ਾ ਫੇ ਮੈਂ ਘਰ ਗਿਆ ਸੀ ਸੋਨੋਂ ਅੰਦਾਤੋ ਲਵੋਰੇ ਸੋਨੋਂ ਅੰਦਾਤੋ ਅਲ ਸੁਪਰਮਾਰਕਾਟੋ ਮੈਂ ਅੱਥੇ ਗਿਆ ਸੀ ਸੋਨੋਂ ਅੰਦਾਤੋ ਅਲ ਬਾਰੋ ਅਲ ਰੈਸਟੋਰਾਂਤੇ ਓਪੂਰੇ ਕਵਾਲਸੀ ਜਾਨੀ ਕਿ ਜਾ ਫੇ ਹੋਰ ਕੋਈ ਵੀ ਚੀਜ਼ ਜਿੱਥੇ ਤੁਸੀਂ ਗਏ ਸੀ ਤੂ ਸੇਨ ਅੰਦਾਤੋ ਆਕਾਜ਼ਾ ਤੂ ਕਰ ਗਿਆ ਸੀ ਤੂੰ ਜਾਈਓ ਕਹਿੰਦੀ ਲੋੜ ਨਹੀਂ ਸਹੀ ਸਿਰਫ ਤੂੰ ਨਾਲ ਗਿਆ ਸਹੀ ਅੰਦਾਤੋ ਆ ਕਾਸਾ ਤੇ ਤੂੰ ਕਰ ਗਿਆ ਸੀ lui è andato a dormire ਜੇ ਲਈ ਹੋਵੇ ਲਈ ਐ ਅੰਦਾਤਾ ਆ ਦੁਰਮਿਰੇ ਇਹ ਨਾ ਖਤਮ ਹੋਣਾ ਤੇ ਉਹ ਸੌਣ ਗਿਆ ਜਾਂ ਸੌਣ ਗਈ ਸ਼ਾਮ ਹੁੰਦਾ ਤੀ ਜੁਕਾਰੇ ਅਸੀਂ ਖੇਡਣ ਗਏ ਸੀ ਸ਼ੀਤੇ ਅੰਦਾਤੀਆ ਬਲਾਰੇ ਤੁਸੀਂ ਨੱਚਣ ਗਏ ਸੀ ਸ਼ੋਨ ਹੁੰਦਾ ਤੀ ਅਲਵਾਰ ਉਹ ਬਾਰ ਗਏ ਸੀ ਜਿੱਦਾਂ ਕਹਿੰਦੇ ਨੇ ਵੀ ਕੋਈ ਵੀ ਗਏ ਸੀ ਬਾਹਰ ਬਾਅਦ ਚ ਤਾਂ ਮੈਨੂੰ ਪਤਾ ਨਹੀਂ ਸ਼ੋਨਨ ਦਾ ਤੇਲ ਬਾਹਰ ਪੋਇਨੋ ਲੋ ਸ਼ੋਦੋ ਬਿ ਸ਼ੋਨਨ ਦਾਦੀ ਪੋਇ ਫੇਰ ਨੋ ਲੋ ਸੋ ਪਤਾ ਨਹੀਂ ਦੋ ਬਿ ਸ਼ੋਨਨ ਦਾਦੀ ਤੇ ਕਿੱਥੇ ਚਲ ਗਏ ਵੇ ਨੀਰੇ ਜਾਣੀ ਕੇ ਆਣਾ ਸ਼ੋਨੋ ਵੀ ਨੂੰ ਤੋ ਆਕਾਸਾ ਦਾ ਲਾਵੋਰੋ ਮੈਂ ਕੰਮ ਤੂੰ ਕਰ ਸ਼ੈ ਵੇ ਨੂੰ ਤੋ ਆ ਸਕੋਲਾ ਯੇਰੀ ਤੂੰ ਕੱਲ ਸਕੂਲੇ ਆਇਆ ਸੀ lai è venuta con me jafer lui è venuto con me o mere naal aaya si jafer aaya sham venuti con lui ke asi ode naal aaye man lo tusi kise viah ch gaye ho tusi keh do ji sono venuto con rakov sono venuto con ula eda idisa saha je da vi tusi na lena o da tusi le sakde ho ji che te venuti da me שיהతే venuuti da me shiti mala skoorsa pe to si mere kol pichle hafte aaye si shite fa un giorno fa mezzora fa 10 minuti fa 1 minuto fa jado fa lagda ji ida matlab a ke oh pichli bare gal kar reya jani ke 10 minute pehla 10 minute fa 1 minute pehla 1 minute fa una settimana fa ek hafta pehla un me re fa ਉਨ ਮੇਜੇ ਫਾਈਕ ਕੁ ਮਹੀਨਾ ਪਹਿਲਾਂ ਜਾਂ ਫਿਰ ਉਨਾਂ ਨੂੰ ਦੇਸੀਆਂ ਨਹੀਂ 20 ਸਾਲ ਨਹੀਂ 30 ਸਾਲ ਪਾ ਸਾਲ 20 ਸਾਲ ਦਾ ਸਾਲ 10 ਸਾਲ ਵੀ ਸੰਦੇ 30 ਸਾਲ ਇਹ ਸਭ ਨੂੰ ਛੇ ਤੇ ਬਨੂਤੀ ਦਾ ਮੈਂ ਕਿ ਤੁਸੀਂ ਮੇਰੇ ਕੋਲ ਆਏ ਸੀ ਸੁਣੋ ਬਨੂਤੀ ਜੀ ਐਮ ਐਪੀ ਕਿ ਉਹ ਦੋ ਜਾਣੇ ਤਿੰਨ ਜਾਣੇ ਚਾਰ ਜਾਣੇ ਪੰਜ 10 ਜਿੰਨੇ ਵੀ ਹੈਗੇ ਉਹ ਇਕੱਠੇ ਆਏ ਜਾਨੀ ਇੱਕ ਸਾਥ ਹੀ ਆਏ ਜੀ ਮੰਜਾਰੇ ਦਾ ਭੂਤਕਾਲ ਅੱਛਾ ਜੀ ਇਹਦਾ ਵੀਡੀਓ ਚੱਲਦੀ ਜੀ ਵੀ ਜ਼ੂਮ ਆਊਟ ਹੋ ਜਾਂਦਾ ਉਹ ਮੰਜਾਰੇ ਚ ਮੰਦਾ ਤੋਂ ਗੱਲ ਲਿਖਿਆ ਹੈ ਉਹ ਮੰਜਾ ਤੋਂ ਨਾ ਪੀਜ਼ਾ ਇੱਥੇ ਮੰਦਾ ਤੋਂ ਲਿਖਿਆ ਹੈ ਚਲੋ ਕੋਈ ਗੱਲ ਨਹੀਂ ਇਹਦਾ ਮਤਲਬ ਬਣ ਉਹ ਮੰਦਾ ਤੋਂ ਨਾ ਪੀਜ਼ਾ ਇਹਦਾ ਮਤਲਬ ਬਣਦਾ ਕਿ ਮੈਂ ਇੱਕ ਪੀਜ਼ਾ ਭੇਜਿਆ ਸੀ ਜਾਨੀ ਜੇ ਤੁਸੀਂ ਕਹਿਣਾ ਕਿ ਮੈਂ ਇੱਕ ਪੀਜ਼ਾ ਖਾਦਾ ਉਹ ਕਹਿ ਸਕਦੇ ਆ ਉਹ ਮੰਜਾ ਤੋਂ ਨਾ ਪੀਜ਼ਾ ਉਹ ਉਹ ਮੰਜਾ ਤੋਂ ਨਾ ਪੀਜ਼ਾ ਮੇਜ਼ਰਾਫਾ ਪੇ ਮੈਂ ਅੱਧੇ ਘੰਟੇ ਪਹਿਲਾਂ ਖਾਦਾ ਹਜੇ ਵੀਸਾ ਯਾਰ ਜੇ ਤਾਂ ਆਪਾਂ ਮੰਨ ਲਓ ਕਹਿ ਜਾਂਦੇ ਅੰਦਿਆ ਮੰਜਾਰਾ ਨਾਲ ਪੀਤਸਾ ਚਲੋ ਭਈ ਪੀਤਸਾ ਪੁੱਤਸਾ ਖਾਣ ਚੱਲਦੇ ਆ ਜਾਂ ਫਿਰ ਅੰਦਿਆ ਮੰਜਾਰਾ ਨੂੰ ਕਬਾਬ ਪੇ ਕਬਾਬ ਨੂੰ ਖਾਣ ਦੇ ਲਈ ਉਹਨੂੰ ਤੁਸੀਂ ਕਹਿ ਸਕਦੇ ਮੰਜ ਕੋਰ ਤੱਕ ਦੇਖ ਭਾਈ ਔਰ ਜਾਂ ਮੰਜਾ ਤੂੰ ਨਾ ਪੀਤਸਾ ਮੇ ਜ਼ਰਾ ਫਾ ਪੇ ਮੈਂ ਪੀਤਸਾ ਅੰਤਾਂ ਕਿ ਟਾਪੇਲਾ ਖਾ ਲਿਆ ਸੀ ਆਈ ਮੰਜਾ ਤੂੰ ਕਬਾਬ 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 ਗਈ ਤਾਂ ਪੰਜਾਬੀ ਚ ਕਿ ਤੂੰ ਕਬਾਬ ਖਾਦਾ ਸੀ ਲੂਈ ਜਾਂ ਫਿਰ ਲਈ ਆ ਮੰਜਾ ਤੋ ਨੀਂਟੇ ਉਹਨੇ ਤਾਂ ਵੀ ਕੁਛ ਨਹੀਂ ਖਾਦਾ ਜ਼ਿਆਦਾਤਰ ਇਦਾਂ ਬੰਦਾ ਕੋਈ ਗੁੱਸਾ ਕਰਕੇ ਹੋ ਕੇ ਭੈ ਜਣਾ ਫੇਰ ਕਹਿੰਦਾ ਵੀ ਉਹ ਦੋਏ ਰੁੱਸ ਕੇ ਮੂੰਹ ਫਲਾ ਕੇ ਬੈਠੇ ਨੇ ਖਾਦਾ ਹੁੰਦਾ ਤਾਂ ਕੁਛ ਨਹੀਂਗਾ ਅੱਛਾ ਜੀ ਨੂਈ ਅਬੀਆਮ ਮੰਜਾਤੋ ਅਲ ਰੈਸਟੋਰਾਂਤੇ ਫੇ ਅਸੀਂ ਰੈਸਟੋਰਾਂਟ ਤੇ ਖਾਣਾ ਖਾਦਾ ਸੀ ਅਵੀ ਤੇ ਮੰਜਾਤੋ ਫੂਰੀ ਫੇ ਤੁਸੀਂ ਬਾਰ ਖਾਦਾ ਸੀ ਇਹ ਫੋਰੀ ਦਾ ਮਤਲਬ ਇੱਥੇ ਇਹੀ ਬਣਦਾ ਕਿ ਤੁਸੀਂ ਬਾਹਰ ਕਿਸੇ ਰੈਸਟੋਰੈਂਟ ਜਾਂ ਬਾਹਰ ਚੱਕੀ ਕੋਈ ਵੀ ਖਾਣ ਵਾਲੀ ਚੀਜ਼ ਹੈ ਨਾ ਉੱਥੇ ਖਾਣਾ ਖਾ ਕੇ ਆਏ ਜਿੱਦਾਂ ਕਹਿੰਦੇ ਦਿੰਦੇ ਇਹਦੀ ਨੋਨ ਇਹਦੀ ਨੋਨ ਇਹਦੀ ਨੋਨੋ ਚਨਾ ਤੋ ਕਾਸਾ ਮੋ ਸੋਨੋਂਡਾ ਤੋ ਫੋਰੀ ਮੰਜਾਰੇ ਕੋ ਕੱਲ ਮੈਂ ਘਰ ਨਹੀਂ ਕੱਲ ਕੱਲ ਸ਼ਾਮੇ ਮੈਂ ਘਰ ਨਹੀਂ ਹੋਗੀ ਤਾਂ ਡਿਨਰ ਤੇ ਮੈਂ ਬਾਹਰ ਗਿਆ ਸੀ ਖਾਣਾ ਖਾਣ ਨੂੰ ਤੇ ਅਨੋ ਮੰਜਾ ਤੋ ਕੋਨ ਨੋਈ ਉਹਨਾਂ ਨੇ ਸਾਡੇ ਨਾਲ ਖਾਦਾ ਉਹਨਾਂ ਨੇ ਮਤਲਬ ਤੁਸੀਂ ਮੰਨ ਲਓ ਕਿਸੇ ਹੋਰ ਦੋ ਬੰਦਿਆਂ ਦੀ ਗੱਲ ਕਰਦੇ ਆ ਤੇ ਉਹ ਦੋ ਬੰਦਿਆਂ ਨੇ ਵੀ ਤੁਹਾਡੇ ਨਾਲ ਖਾਣਾ ਖਾਦਾ ਸੀ ਉਹਨੂੰ ਤੁਸੀਂ ਇਦਾਂ ਕਹਿ ਸਕਦੇ ਹੋ ਕਿ ਅਨ ਨੂੰ ਮੰਜਾ ਤੋਂ ਕੋ ਨੂੰ ਹੀ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸਬਸਕ੍ਰਾਈਬ ਵੀ ਕਰ ਲਿਓ ਆਪਣਾ YouTube ਦਾ ਚੈਨਲ ਤੇ Facebook ਦਾ ਪੇਜ ਆ ਜਿਹੜਾ ਆਪਣਾ ਜੀ ਉਹ ਵੀ ਲਾਈਕ ਕਰ ਲਿਓ ਤੇ ਦੇਖੋ ਜੀ ਲਾਈਕ ਕਰਨਾ ਨਹੀਂ ਕਰਨਾ ਤੁਹਾਡੀ ਮਰਜ਼ੀ ਆ ਤੇ ਜੇ ਕਰ ਲਿਆ ਤਾਂ ਫੇਰ ਵੀ ਬਹੁਤ ਵਧੀਆ ਜੇ ਨਹੀਂ ਕੀਤਾ ਤਾਂ ਫੇਰ ਵੀ ਚਲੋ ਕੋਈ ਨਹੀਂ ਜੇ ਜਿੱਤੇ ਕੀਤਾ ਤਾਂ ਕਰ ਲਿਆ ਬਾਕੀ ਜਿਨ੍ਹਾਂ ਆਪਣੀਆਂ ਭੈਣ ਜੀਆਂ ਨੇ ਤੇ ਭਾਜੇ ਨੇ ਨਾ ਆਪਣੇ ਮੈਂ ਦੇਖਿਆ ਕੁਝ ਪਾਕਿਸਤਾਨੀ ਭਰਾ ਵੀ ਨੇ ਜਿਨ੍ਹਾਂ ਨੇ ਆਪਣਾ ਪੇਜ ਲਾਈਕ ਕੀਤਾ ਉਹ ਸਾਰਿਆਂ ਦਾ ਬਈ ਬੜਾ ਬੜਾ ਤੁਹਾਡਾ ਵੱਡਾ ਵੱਡਾ ਥੈਂਕ ਯੂ ਜੀ ਤੇ ਇਦਾਂ ਹੀ ਸਪੋਰਟ ਕਰੀ ਜਾਓ ਤੇ ਅਸੀਂ ਨਵੀਆਂ ਨਵੀਆਂ ਵੀਡੀਓ ਅਪਲੋਡ ਕਰੀ ਜਾਵਾਂਗੇ ਤੇ ਇੱਕ ਹੋਰ ਗੱਲ ਆ ਜੀ ਹਾਂਜੀ ਲਾਇਸੈਂਸ ਬਾਰੇ ਬਹੁਤ ਬਜਾਣੇ ਨੇ ਪੁੱਛਿਆ ਕਿ ਲਾਇਸੈਂਸ ਦੇ ਬਾਰੇ ਵੀ ਕੁਸਲੀ ਕੋ ਉਹਦੇ ਬਾਰੇ ਵੀ ਕੋਈ ਨਹੀਂ ਜੀ ਤਕਰੀਬਨ ਮੈਨੂੰ ਇੱਕ ਦਹਾਵਤੇ ਦਾ ਟਾਈਮ ਦੋ ਉਹਦੇ ਬਾਰੇ ਵੀ ਜੂਨ ਦੇ ਵਿੱਚ ਜੂਨ ਦੇ ਪਹਿਲੇ ਹਫ਼ਤੇ ਵਿੱਚ ਅਸੀਂ ਕੁਛ ਨਾ ਕੁਛ ਦੇ ਬਾਰੇ ਸਟਾਰਟ ਜ਼ਰੂਰ ਕਰਾਂਗੇ ਤੇ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ